الحمدللہ رب العالمین الرحمن الرحیم مالک یوم الدین ایاک نعبد و ایاک نستعین اهدنا الصراط المستقیم صراط الذین انعمت علیہم غیر المغضوب علیہم ولا الضالین اے شاہ امام اے بر کرم تے کو بنتے علی دے غم دی قسم قاسم دے کپیاں سہریاں دی تے عباس دے مشکو علم دی قسم اکبر دلبر دیاں زلفاں دی ہر خم در خم 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 دی قسم ਕਰਮਾ ਖਤਾ ਸਾਡੀ ਇਕਦਮ ਤੇ ਕੁਹਰ ਦੇ ਖਾਸ ਜੁਰਮ ਦੀ ਕਸਮ ਰਬੇ ਸੁਲੇ ਅਲਾ ਮੁਹੰਮਦ ਵਾਲੇ ਮੁਹੰਮਦ ਸਲਵਾਤ ਬਾਵਾ ਦੇ ਬੁਲੰਦ ਪੜੋ ਅਲਾ ਨਾਰੇ ਤਕਬੀਰ ਨਾਰੇ ਰਿਸਾਲਤ ਨਾਰੇ ਹੈਦਰੀ ਬਲ ਨਾਰੇ ਹੈਦਰੀ ਹੁਸੈਨੀਅਤ ਯਜ਼ੀਦੀਅਤ اہل بیت دشمن تے لعنت بے شک صلوات با آواز بلند پڑھو اللہم کوئی بڑی نہیں مجلس نہ کوئی چھوٹی ہے بابا جی چار سطراں عزاداری دے حوالے نال ہن بندے بیٹھے گئے تے بیٹھے نے کافی سارے حالانکہ سانوں جلدی آپ نوں بھائی حضرت ہندی بیٹھک بھری پئی ہے بابے ہوراں کول تے صرف مقصد کی ہے بھی ڈیڑھ لاکھ لین والا بندہ پڑے تے پھر اسی جائیے ਜਾਂ ਜਿਹੜਾ ਬੰਦਾ ਪਜਾਰੋਂ ਤੇ ਆਇਆ ਉਹ ਮਜਲਿਸ ਸੁਣ ਸਕੀ ਉਹਦੀ ਮਜਲਿਸ ਸੁਣਨੀ ਹੈ ਜਿਹੜਾ ਮਸਕੀਨ ਸਾਈਕਲ 'ਤੇ ਆਇਆ ਜਾਂ ਪੈਦਲ ਆਇਆ ਉਹਨੂੰ ਨਹੀਂ ਸੁਣ ਇਹ ਜਿਆਦਾਰੀ ਬਣ ਗਈ ਹੈ ਆਜ਼ਾਦਾਰੀ ਜਿਹੜੀ ਹੈ ਨਾ ਉਹ ਕੋਈ ਵੀ ਪੜ੍ਹਨ ਵਾਲਾ ਹੋਵੇ ਜਿਹੜਾ ਬੰਦਾ ਘਰ ਤੋਂ ਜੋ ਆਇਆ ਜੋ ਮੈਂ ਮਜਲਿਸ ਹੁਸੈਨ 'ਚ ਜਾਣਾ ਫਿਰ ਉਸਦਾ ਕੰਮ ਹੈ ਫੂੜੀ 'ਤੇ ਆ ਕੇ ਬਹਿਣਾ ਇਹ ਤਕਾਬਲ ਬਾਬਾ ਜੀ ਸਿਰਫ ਅਸਾਂ ਬਣਾਏ ਚਾਰ ਸਤਰਾਂ ਮੈਂ ਲਿਖੀਆਂ ਨਹੀਂ ਸੀ ਆਜ਼ਾਦਾਰੀ 'ਤੇ ਇਹ ਤਕਾਬਲ ਅਸਾਂ ਬਣਾਏ ਨੇ ਫਲਾਣਾ ਵੱਡਾ ਦਾ ਕਰੇ ਫਲਾਣਾ ਨਿੱਕਾ ਦਾ ਕਰੇ ਉਹ ਵੱਡਾ ਸਾਰਾ ਬਾਨੀ ਹੈ ਅਤੇ ਆ ਮਸਕੀਨ ਬਾਨੀ ਜਿਹੜਾ ਨਿੱਕਾ ਬਾਨੀ ਉਹਦੇ ਕੋਲ ਛੋਟੀ ਜਿਹੀ ਮਜਲਿਸ ਹੈ ਜਿਹੜਾ ਕੋਈ ਬੜਾ ਵੱਡਾ ਜਿਵੇਂ ਜ਼ਿੰਮੇਦਾਰ ਹੈ ਉਹਦੇ ਕੋਲ ਵੱਡਾ ਵੱਡਾ ਪ੍ਰੋਗਰਾਮ ਹੈ ਨਾ ਹੀ ਬਦਲ ਜਲਸਾ ਹੈ ਹੁੰਦਾ ਬੜਾ ਵੱਡਾ ਜਲਸਾ ਕੋਈ ਬੜੀ ਨਹੀਂ ਮਜਲਿਸ ਨਾ ਕੋਈ ਛੋਟੀ ਹੈ ਖਲੂਸ ਦਿਲ ਸੇ ਕਰਾਓ ਕਬੂਲ ਹੋਤੀ ਹੈ ਸਾਰੇ ਬੰਦੇ ਤਵੱਜੋ ਕਰ ਸੋ ਫਿਰ ਆਖ ਰਹੇ ਹਾਂ ਕੋਈ ਬੜੀ ਨਹੀਂ ਮਜਲਿਸ ਨਾ ਕੋਈ ਛੋਟੀ ਹੈ ਖਲੂਸ ਦਿਲ ਸੇ ਕਰਾਓ ਕਬੂਲ ਹੋਤੀ ਹੈ ਯੇ ਸੋਚਨਾ ਹੀ ਅਬਸ ਹੈ ਕਿ ਕਿਸ ਨੇ ਪੜ੍ਹਨਾ ਹੈ ਰਸੂਲ ਪਾਕ ਕੀ ਬੇਟੀ ਮੌਜੂਦ ਹੋਤੀ ਹੈ ਅਜ਼ਮਤ ਸੈਯਦਾ ਤੇ ਬਾਬਾ ਜ਼ਿਬਲ ਸਲਵਾਤ ਪੜ੍ਹ ਲਓ ਅੱਲਾ ਬਾਬਾ ਜੀ ਮੈਨੂੰ 35 ਸਾਲ ਹੋ ਗਏ ਨੇ ਮੌਲਾ ਦੀ ਅਜ਼ਾਦਾਰੀ ਤਿੰਨ ਜਗ੍ਹਾ 'ਤੇ ਮੈਂ ਅੱਗੇ ਪੜ੍ਹਨਾ ਹੈ ਰਾਤ ਨੂੰ ਅਤੇ ਤਿੰਨੇ ਜਗ੍ਹਾ 'ਤੇ ਹਰਫ ਆਖਰ ਮੈਂ ਇਹ ਬਾਬੇ ਹੋਰਾਂ ਨਾਲ ਪਿਆਰ ਹੀ ਐਡਾ ਉਹ ਮੇਰੇ ਨਾਲ ਵੀ ਪਿਆਰ ਕਰਦੇ ਨੇ ਅਤੇ ਇੱਥੇ ਸਿਰਫ ਮੈਂ ਸ਼ੁਰੂ ਕਰਨੀ ਹੁੰਦੀ ਮੈਨੂੰ ਜਲਦੀ ਸਾਨੂੰ ਆਪ ਨੂੰ ਉਹਨਾਂ ਨਾਲੋਂ ਵੀ ਜ਼ਿਆਦਾ ਅਤੇ ਸਿਰਫ ਮੈਂ ਇਹ ਕੋਸ਼ਿਸ਼ ਕਰਨਾ ਜੋ ਹਿਕਰੂ ਬਾਈ ਹੋਰ ਪੜ੍ਹਦੇ ਮੈਂ ਹੋਰ ਬੰਦੇ ਦੋ ਆ ਜਾਣ ਚਲੋ ਤੁਸੀਂ ਮਹਿਮਾਨ ਹੋ ਮੈਨੂੰ ਤਾਂ ਮੁੱਦਤ ਹੋ ਗਈ ਇੱਥੇ ਪੜ੍ਹਦੇ ਅਤੇ ਤੁਸੀਂ ਮਹਿਮਾਨ ਹੋ ਚਲੋ ਕੋਈ ਬੰਦਾ ਹੋਵੇ ਅੱਗੋਂ ਹੂੰ ਹਾਂ ਕਰਨ ਵਾਲਾ ਹਾਲਾਂਕਿ ਜ਼ਿਕਰ ਮੁਹਤਾਜ ਨਹੀਂ ਨਾ ਜ਼ਾਕਰ ਦਾ ਨਾ ਮਜਮੇ ਦਾ ਨਾ ਪੜ੍ਹਨ ਵਾਲਿਆਂ ਦਾ ਨਾ ਸੁਣਨ ਵਾਲਿਆਂ ਦਾ ਅੱਛਾ ਫਿਰ ਇੱਕ ਬਾਬਾ ਚੌਰੀ ਅਜ਼ਰ ਸਵਾਲ ਹੁੰਦਾ ਜੋ ਬੰਦਾ ਨਾਮਵਰ ਪੜ੍ਹਨ ਵਾਲਾ ਨਾ ਹੋਵੇ ਤਾਂ ਬੰਦੇ ਨਹੀਂ ਹੁੰਦੇ ਕਿਉਂਕਿ ਨਹੀਂ ਆ ਰਹੇ ਬੰਦੇ ਬੰਦੇ ਉਦੋਂ ਹੀ ਆਉਣਗੇ ਜਦੋਂ ਕੋਈ ਨਾਂ ਵਾਲਾ ਬੰਦਾ ਪੜੇਗਾ ਅਤੇ ਜਿਹੜੇ ਮਜਲਿਸ ਦੇ ਵਾਰਿਸ ਨੇ ਉਹ ਤਾਂ ਆਏ ਹੋਏ ਅਸਲ 'ਤੇ ਸੁਣਾਉਣਾ ਉਹਨਾਂ ਨੂੰ ਜ਼ਿਕਰ ਚਾਰ ਸਤਰਾਂ ਇਸੇ ਹਵਾਲੇ ਨਾਲ ਪੜ੍ਹਨ ਲੱਗਾਂ ਅਲੀ ਕੇ ਲਾਲ ਕੀ ਸਫ਼ੇ ਅਜ਼ਾਬ ਬਿਛਾਏਂਗੇ ਖਲੂਸ ਵਾਲੇ ਸਭੀ ਮਾਤਮੀ ਬੁਲਾਏਂਗੇ ਕਿਉਂ ਇਹ ਸੋਚੇ ਕਿ ਮਜਲਿਸ ਮੇਂ ਕੌਣ ਆਏਗਾ ਕੋਈ ਆਏ ਨਾ ਆਏ 14 ਜ਼ਰੂਰ ਆਏਂਗੇ ਅਜ਼ਮਤ ਅਹਿਲੇ ਬੈਤ ਬਾਵਾਜ਼ੇ ਬੁਲੰਦ ਸਲਵਾਤ ਪੜ੍ਹ ਲਓ ਅੱਲਾ ਬਸ ਇੱਕ ਆ ਵਹਿਣ ਆਪਣੇ ਮੈਂ ਤਾਂ
ਆਖਿਆ ਜੋ ਬੱਚੇ ਪੜ੍ਹ ਲਿਆ ਤੇ ਮੈਂ ਪੜ੍ਹ ਲਿਆ ਤੇ ਬਾਬੇ ਹੋਰਾਂ ਨੇ ਦੋਨਾਂ ਕਿਹਾ ਚਲੋ ਇੱਕ ਬੰਦ ਪੜ੍ਹ ਦਿਓ ਕਿਉਂਕਿ ਵਕਤ ਹੀ ਇਤਨਾ ਕਿ ਇੱਕ ਸਲਵਾਤ ਬਾਬਾ ਦੇ ਬਿਲਕੁਲ ਪੜ੍ਹ ਅਦਬ ਅੱਬਾਸ ਦੀ ਭੇਣ ਰੁਕਈਆ ਦਾ ਤੇ ਨਹੀਂ ਵਾਕਿਆ ਸਮਾਜ ਛਿਆਂਦਾ ਤੇ ਜਾਂਦੀ ਰਾਤ ਵੀ ਰੋਂਦਿਆਂ ਨਿਭ ਵੈਂਦੀ ਏ ਹੋਣੀ ਸਾਰਾ ਚੁੱਪ ਵਿੱਚ ਰਾਂਦਾ ਅਦਬਿਆਂ ਜਿਹੜੀ ਆਦੀ ਹੈ ਤੇਰਾ ਫਜ਼ਲ ਜੀਵੇ ਤੇ ਮੈਡਾ ਹਾਵੈਂਦਾ ਹਿਮ ਲਹਦਾ ਬੀਬੀਆਂ ਦੀ ਇੱਕ ਕੁਸ ਗਿਆ ਹੈ ਹੁਣ